हाँ जी विक्की सर, होर वधिया जी। होर भाजी सत श्रीकाल भाजी। सत श्रीकाल सत श्रीकाल। होर होर भाजी की चल रहा जी? बस भाजी वीडियो एडिट कर रहे हैं। ठीक हाँ जी, होर ठीक हो? हाँ हाँ बहुत वधिया। बस अभी चले जा रहे, मैं कैमरे बारे बंदे तो ना जानकारी ले, बाकी लिहाज है। मैं कई बार बंदा कोई सीनियर सही सलाह दे देता है ना जी। बिल्कुल भाजी। बाकी ताडा ही नाम बहुत सुना जाना स्टूडियो। हाँ जी भाजी। होर रब दी कृपा भाजी। चलो चलो बहुत वधिया गल है। होर कोई कैमरे बारे दसो सानू, कोई कोई न्यू कैमरा लियाना है? नहीं नहीं सर कोई गल नहीं, चाह पानी तुसी तू ਤਾਂ ਹੀ ਤੁਹਾਨੂੰ ਦੇਖ ਲੈ, ਚਾਹ ਪਾਣੀ ਹੋ ਗਈ ਹੈ ਜੀ। ਨਾ ਨਾ ਭਾਜੀ ਕਮਾਲ ਦੀ ਗੱਲ। ਚਲੋ ਕੋਈ ਨਹੀਂ, ਤੁਸੀਂ ਮੈਨੂੰ ਨਾ ਕਾਲੀ, ਮੈਂ ਟ੍ਰੇਨ ਪਕੜਨੀ ਹੁਣ, ਟਾਈਮ ਹੋ ਰਿਹਾ ਹੋਣਾ, ਤੇ ਤੁਸੀਂ ਮੜੀ ਜਾਣਕਾਰੀ ਦਿਓ ਕੈਮਰੇ ਬਾਰੇ। ਨਿਆ ਕੈਮਰਾ ਲਿੱਤਾ ਜੀ। ਅੱਛਾ ਜੀ। ਹਾਂ ਮੈਂ ਤੁਹਾਨੂੰ ਦਿਖਾਉਣਾ। ਓਕੇ ਜੀ। ਯਾਨੀ ਇੱਕ ਸੀਜ਼ਨ ਦੇ ਪੈਸੇ ਤੁਸੀਂ ਕਰਤੇ ਵੇਸਟ? ਹਾਂ ਇਨਵੈਸਟ, ਇਨਵੈਸਟ ਕਹਿ ਸਕਦੇ। ਬਿਲਕੁਲ ਇਨਵੈਸਟ ਕਰਤੇ, ਵੇਸਟ ਨਹੀਂ ਭਾਈ, ਤੁਸੀਂ ਗਲਤ ਬੋਲ ਰਹੇ ਹੋ। ਨਹੀਂ ਕੈਰੀ ਹੁੰਦਾ ਨਾ, ਇਹ ਵਾਲੀ ਕਾਪੀ। ਓਕੇ ਓਕੇ ਸਰ, ਠੀਕ ਹੈ। मेहनत दे पैसे लाए हो? बहुत मेहनत दे पैसे लगे हुए भाजी, ताई वधिया फील हो रहा। ਸਿਆਲ ਚ ਰਾਤਾਂ ਨੂੰ ਜਾਗ ਜਾ ਕੇ ਕਮਾਏ ਪੈਸੇ ਭਾਜੀ। ਇੱਕ ਬੈਲਟ ਮਿਲ ਜਾਂਦੀ ਆ ਆਪਾਂ ਨੂੰ। ਓਕੇ ਓਕੇ। ਇੱਕ ਲੈਂਸ 2450 ਦਾ। ਓਕੇ ਹਾਂਜੀ। ਆ ਇੱਕ ਚਾਰਜਰ ਮਿਲ ਜਾਂਦਾ। ਓਕੇ ਸਰ। ਓਕੇ ਹਾਂਜੀ। ਆ ਇੱਕ ਆਪਾਂ ਨੂੰ ਫਿਲਟਰ ਮਿਲ ਜਾਂਦਾ ਨਾਲ। ਓਕੇ, ਇਹਦਾ ਕੀ ਬੈਨੀਫਿਟ ਆਪਾਂ ਨੂੰ? ਇਹਦਾ ਕਿਹੜਾ ਆਪਣਾ ਕੈਮਰੇ ਦੇ ਅੱਗੇ ਲੱਗਦਾ ਨਾ ਲੈਂਸ ਦੇ ਅੱਗੇ। ਓਕੇ ਓਕੇ, ਉਹ ਆ ਚੀਜ਼। ਡਿਫਰੈਂਟ ਕਰੂਗੀ। ਓਕੇ ਓਕੇ। ਹਾਂ 6 Mark 6 2 ਚ ਇਹ ਇਹਨਾਂ ਨੇ ਡਿਫਰੈਂਟ ਕੀਤਾ ਕਿ ਇੱਥੇ ਆਪਣਾ AF ਪੁਆਇੰਟ ਸੀ, ਆਪਣਾ ਆਟੋ ਫੋਕਸ ਸੀ, ਉਹ ਨਹੀਂ ਦਿੱਤਾ ਇਸ ਵਾਰ। ਤੇ ਆਟੋ ਫੋਕਸ ਹੁਣੇ ਕਿੱਥੋਂ ਅਲੱਗ ਚਲੀ ਗਈ? ਹਾਂ ਹੁਣ ਆਪਣਾ ਟੱਚ ਤੇ ਹੈ ਸਾਰਾ ਸਿਸਟਮ। ਓਕੇ, ਬਾਕੀ ਸਾਰਾ ਸੇਮ ਆ ਇਸ 'ਚ। 4K ਹੈ 60 ਫਰੇਮ ਰੇਟ 'ਤੇ। ਓਕੇ, ਬਿਨਾਂ ਕਰੋਪ ਸੈਂਸਰ ਆ। ਠੀਕ, ਕਰੋਨੋਟ ਕਰੋਪ ਸੈਂਸਰ ਆ, ਨਹੀਂ ਹਰ ਇੱਕ ਕੈਮਰੇ 'ਚ ਕਰੋਪ ਸੈਂਸਰ ਹੈ। 4K 'ਚ 60 ਨਹੀਂ ਸਰ, ਜਿੱਦਾਂ ਇਹ ਤੁਹਾਡੇ ਦੂਸਰੇ ਕੈਮਰੇ ਨਾਲੋਂ ਸਭ ਤੋਂ ਨਿੱਕਾ ਲੱਗ ਰਿਹਾ, ਕਿੱਦਾਂ ਫੀਲ ਹੋ ਰਿਹਾ ਤੁਹਾਨੂੰ ਫੜ ਕੇ ਭਰਾ? ਇਹ ਮੈਂ ਕਹਿੰਦਾ ਸਭ ਤੋਂ ਲਾਈਟ ਵੇਟ ਆ, ਪਕੜਨ 'ਚ ਵੀ ਤੁਸੀਂ ਐਂ ਦੇਖੋਗੇ ਬਹੁਤ ਵਧੀਆ, ਤੁਹਾਡੇ ਗ੍ਰਿਪ ਵਧੀਆ ਬਣ ਰਹੀ ਆ ਇਹਦੇ ਨਾਲ। ਬਾਕੀ ਕੈਮਰਾ 'ਚ ਤੁਹਾਡੀ ਗ੍ਰਿਪ ਮਤਲਬ ਤੁਹਾਨੂੰ ਭਾਰੀ ਲੱਗਣਾ ਇਸ 'ਚ, ਇਸ ਨੂੰ ਐਂ ਲੱਗੂ ਕੋਈ ਕੁਛ ਚੀਜ਼ ਫੜੀ ਨਹੀਂ ਰੱਖੀ ਮੈਨੇ। ਬਾਕੀ ਇਹਦੇ ਥੋੜ੍ਹਾ ਜਿਹਾ ਆਪਾਂ ਨੂੰ ਕਈ ਵਾਰ ਅਲੱਗ ਵੀ ਲੱਗੂ, ਇੰਨਾ ਹਲਕਾ ਕੈਮਰਾ ਆਪਾਂ ਕੁਛ ਭਾਰੀ ਕੈਮਰਾ, ਬਟ ਗ੍ਰਿਪ ਤੁਹਾਡੀ ਬੈਟਰ ਦਿੱਤੀ ਹੈ ਬਾਕੀ ਕੈਮਰਾ। ਓਕੇ ਓਕੇ ਸਰ, ਗ੍ਰਿਪ ਹੈ ਨਾ ਬਹੁਤ ਵਧੀਆ ਦਿੱਤੀ ਹੈ। ਆਪਾਂ ਇੰਨਾ ਪੈਸਾ ਇਸ 'ਤੇ ਲਾਤਾ, ਹੁਣ ਇਹਦੇ ਵਿੱਚ ਤੁਸੀਂ ਕੀ ਚੀਜ਼ ਮੇਨ ਵੇਖ ਰਹੇ ਹੋ ਵੀ ਆਪਾਂ ਕਿੱਦਾਂ ਕਸਟਮਰ ਨੂੰ ਸੈਟਿਸਫਾਈ ਕਰਾਂਗੇ, ਜਾਂ ਕਸਟਮਰ ਨਾਲ, ਜਾਂ ਆਪਾਂ ਫੋਟੋਗ੍ਰਾਫੀ ਦੀ ਲਾਈਨ 'ਚ ਪਏ ਹੋਏ ਹਾਂ, ਲਾ ਲਓ ਕਸਟਮਰ ਵੀ ਤੁਹਾਡੇ ਦਾ, ਜਦੋਂ ਡੈਡੀ ਕਰਦੇ ਬੜਾ ਟਾਈਮ ਖਤਮ ਕਰਦੇ, ਵੀ ਤੁਸੀਂ ਆਪਣੀ ਸਾਰੀ ਨੌਲੇਜ ਇਹਦੇ ਵਿੱਚ ਸਾਨੂੰ ਵੀ ਦਿਓ, ਨਾਲ ਸਾਡੇ ਆਪਣੇ ਨਾਲ ਜੁੜੇ ਨੇ ਉਹਨਾਂ ਨੂੰ। ਹਾਂ ਬਿਲਕੁਲ ਹੈ, ਕਿਉਂ ਕਿਸੇ ਨੂੰ ਆਪਣੀ ਜਾਣਕਾਰੀ ਫਾਇਦੇਮੰਦ ਹੋ ਸਕਦੀ ਹੈ ਕਿ ਨਹੀਂ, ਦੱਸੋ ਭਾਜੀ। ਪੂਰਾ ਲਾ ਲਓ, ਇਕੱਲਾ ਇਕੱਲਾ ਮੂਡ ਕਲਰ ਵਗੈਰਾ ਜੋ ਇਹਨਾਂ ਦਾ ਭਾਜੀ, ਸਟੇਬਲ ਹੋ। ਬਾਕੀ ਮੈਨੂੰ ਇਹ ਕੈਮਰੇ ਸਾਰੀ ਚੀਜ਼ਾਂ ਵਧੀਆ ਲੱਗੀਆਂ। ਓਕੇ ਠੀਕ ਹੈ। ਹਾਂਜੀ, ਹੁਣ ਕੰਪਨੀ ਨੇ R62 ਦੇ ਮੁਕਾਬਲੇ ਕੱਢੇ। R62 ਕਿੰਨੇ ਦਾ ਕੈਮਰਾ ਭਲਾ ਜੀ? ਉਹ ਕੈਮਰੇ, ਉਹ ਬੋਡੀ ਹੈਗੀ ਹੈ ਆਪਣੀ 3 ਲੱਖ। 3 ਲੱਖ ਮਤਲਬ ਤੁਸੀਂ ਉਹਦੀ ਪੂਰੀ ਤੁਸੀਂ ਕਿੱਟ ਲਓਗੇ, 50 mm ਲੈਂਸ ਲਓ, ਉਹ 35 mm, ਸੋਰੀ 30, ਜਦ ਤੁਸੀਂ ਵੀਡੀਓ 'ਚ ਜਾਂਦੇ ਹੋ 35 mm ਤੁਹਾਨੂੰ ਲੈਣਾ ਪਊਗਾ। ਓਕੇ ਓਕੇ। ਔਰ 16 mm, ਠੀਕ, ਦੋ ਲੈਂਸ ਲਓਗੇ ਤਾਂ ਤੁਹਾਡਾ ਕੰਮ ਚੱਲਣਾ। ਯਾਨੀ ਆਪਾਂ ਨੂੰ ਇਹ ਨਾਲੇ ਬਜਟ 'ਚ, ਨਾਲੇ ਇਹ ਕੁਆਲਿਟੀ 'ਚ, ਇਹ ਤੁਹਾਡੀ 2.5 ਲੱਖ 'ਚ ਤੁਹਾਡੀ ਪੂਰੀ ਕਿੱਟ ਹੋ ਜਾਣੀ ਹੈ ਪੂਰੀ, ਮਤਲਬ 2.5 ਲੱਖ 'ਚ ਤੁਸੀਂ ਐਂ ਲਾ ਲਓ। ਹਾਂ 2.5 ਜਾਂ 2.75 ਲੱਖ 'ਚ ਤੁਹਾਡੀ ਪੂਰੀ ਕਿੱਟ ਹੋ ਜਾਣੀ ਹੈ, ਠੀਕ ਹੈ। ਮਤਲਬ ਤੁਸੀਂ ਪ੍ਰੋਫੈਸ਼ਨਲ ਫੋਟੋਗ੍ਰਾਫਰ ਜਾ ਰਹੇ ਹੋ ਜਦ ਇਹ ਕੈਮਰੇ 'ਚ ਜਾਂਦੇ। ਓਕੇ, ਔਰ 4K ਕੈਮਰਾ, ਬਾਕੀ ਸਾਰੇ ਕੈਮਰੇ ਹੈਗੇ ਆ, ਕੋਈ 6 ਵੀ ਜਾ ਰਹੇ, ਤੁਸੀਂ M3 'ਚ ਜਾ ਰਹੇ ਹੋ ਭਾਜੀ। ਤੁਸੀਂ ਬਿਲਕੁਲ ਦੇ ਸਕਦੇ ਭਰਾ, ਇਹ 4K ਉਹੀ ਤਾਂ ਤੁਹਾਨੂੰ ਕਹਿ ਰਿਹਾ
ਕਿ 4K ਕੁਆਲਿਟੀ ਹਜੇ ਆਈ ਨਹੀਂ ਲੋਕਾਂ ਲਈ ਓਕੇ ਓਕੇ ਸਿਰਫ ਫੁੱਲ HD ਚ ਕੰਮ ਕਰ ਰਹੇ ਆ ਸਾਰੇ ਫੁੱਲ HD ਨੂੰ ਜਿਵੇਂ ਤੁਹਾਡੀ ਮਾਰਕੀਟ ਹੈ ਜੱਖਲ ਹੁਣ ਤੁਹਾਡੇ ਇਥੇ ਰੇਟ ਤੋਂ ਲੈ ਕੇ ਲਾ ਲਓ ਕਸਟਮਰ ਤੋਂ ਲੈ ਕੇ ਲਾ ਲਓ ਕੰਪੀਟੀਸ਼ਨ ਤੋਂ ਲੈ ਕੇ ਲਾ ਲਓ ਇੱਥੇ ਹਜੇ ਫੁੱਲ HD ਨਹੀਂ ਆਇਆ ਤਾਂ ਹੋਵੇ ਹਜੇ ਫੁੱਲ HD ਚ ਕੰਮ ਚੱਲ ਰਿਹਾ ਮਤਲਬ ਵਧੀਆ ਪਾਰਟੀ ਚ ਤੁਸੀਂ ਇਹ ਲਾ ਲਓ ਜੇ 4K ਹਜੇ ਆਇਆ ਨਹੀਂ ਇੱਥੇ ਆਪਾਂ 4K ਕੈਮਰੇ ਚ ਲੈ ਚੱਲ ਰਹੇ ਹਾਂ 4K ਇਹ 4K ਸ਼ੂਟ ਕਰਦੇ ਉਹ ਬਿਨਾਂ ਕਰੋ ਫੈਕਟਰ ਤੋਂ ਹੁਣ ਜਿੱਦਾਂ ਤੁਹਾਡੀ ਕੰਪੀਟੀਸ਼ਨ ਹੋ ਗਿਆ ਤੁਸੀਂ ਕੰਪੀਟੀਸ਼ਨ ਚ ਕੈਮਰੇ ਨਵੇਂ ਤੋਂ ਨਵੇਂ ਸਾਲ ਬਾਅਦ ਚੇਂਜ ਕਰਦੇ ਹੋ ਕਰਨਾ ਪੈਂਦਾ ਭਰਾ ਜੇ ਕੰਪੀਟੀਸ਼ਨ ਚ ਰਹਿਣਾ ਤਾਂ ਚੇਂਜ ਕਰਨਾ ਪੈਣਾ ਇਹ ਸਾਰੇ ਕਿੰਨੇ ਵੀ ਆਪਣੇ ਕਿਹੜੇ ਫੋਟੋਗ੍ਰਾਫਰ ਨੇ ਕਿਹੜੇ ਕੰਪੀਟੀਸ਼ਨ ਚ ਕਿਹੜੇ ਆਪਾਂ ਸੋਚਦੇ ਕਿ ਫੋਟੋਗ੍ਰਾਫੀ ਛੱਡ ਚੁੱਕੇ ਆ ਬੰਦੇ ਉਹ ਉਹਨਾਂ ਕੰਪੀਟੀਸ਼ਨ ਛੱਡ ਦਿੰਦੇ ਆ ਉਹ ਕੈਮਰਾ ਨਿਊ ਨਹੀਂ ਲੈਂਦੇ ਕਿਹਨੇ ਫੋਟੋਗ੍ਰਾਫੀ ਕਰਨੀ ਕਿਹਨੇ ਫੋਟੋਗ੍ਰਾਫੀ ਕੰਪੀਟੀਸ਼ਨ ਕੁਆਲਿਟੀ ਦੇਣੀ ਹੈ ਕੁਆਲਿਟੀ ਦੇਣੀ ਕਿਉਂਕਿ ਤੁਹਾਡੀ ਕੋਈ ਕੁਆਲਿਟੀ ਕੋਈ ਵੀ ਅੱਜ ਕੱਲ੍ਹ ਕਸਟਮਰ ਨੇ ਨੈੱਟ ਤੋਂ ਸਾਰਾ ਅਗਲਾ ਨੈੱਟ ਤੋਂ ਦੇਖਦਾ ਸਾਰੀ ਚੀਜ਼ ਅਗਲਾ ਦੇਖ ਲੈਂਦਾ ਅੱਜ ਕੱਲ੍ਹ ਦੀ ਕਹਿੰਦੇ ਨਿਊ ਜਨਰੇਸ਼ਨ ਨੂੰ ਸਾਰਾ ਕੁਛ ਪਤਾ ਪਹਿਲਾਂ ਹੁੰਦਾ ਸੀ ਇਹ ਚੀਜ਼ ਕੋਈ ਪਹਿਲਾਂ ਆਪਣੇ ਪਹਿਲਾਂ ਫੰਕਸ਼ਨ ਬੁੱਕ ਕਿਆ ਕਰਦੇ ਡੈਡੀ ਜਿਵੇਂ ਉਹ ਕਿਸ ਜਾਣ ਪਹਿਚਾਣ ਹੈ ਬਾਈ ਕੋਈ ਦਿੱਕਤ ਨਹੀਂ ਅੱਜ ਕੱਲ੍ਹ ਕੋਈ ਵੀ ਸਭ ਤੋਂ ਪਹਿਲਾਂ ਯੂਟਿਊਬ ਸਰਚ ਕਰਦਾ ਅਗਲਾ ਇਨਫੋਰਮੇਸ਼ਨ ਲੈਂਦਾ ਵੀ ਕਿੱਦਾਂ ਦਾ ਬੰਦਾ ਹਾਂ ਬਿਲਕੁਲ ਵੀ ਤੁਸੀਂ ਉਸ ਹਿਸਾਬ ਨਾਲ ਵੀ ਪੂਰੇ ਆ ਜਾਓਗੇ ਹੁਣ ਲੋਕਾਂ ਦੇ ਨਾਲ ਹਾਂ ਬਿਲਕੁਲ ਇਹ ਕੈਮਰਾ ਖਰਾ ਉਤਰੂਗਾ ਉਹ ਲੋਕਾਂ ਇਹ ਜੋ ਚੀਜ਼ ਕੁਆਲਿਟੀ ਮੰਗ ਕਸਟਮਰ ਮੰਗਦਾ ਉਹ ਦੇਗਾ ਕੈਮਰਾ ਬਿਲਕੁਲ ਦੇਗਾ ਚਲੋ ਵੈਰੀ ਗੁੱਡ ਵਧੀਆ ਗੱਲ ਹੈ ਬਿਲਕੁਲ ਇਹ ਕੈਮਰੇ ਸਾਰੇ ਆ ਬਾਰ ਭਰਾ ਬਸ ਹੁਣ ਕੰਪਨੀ ਨੇ ਕੁਛ ਤਾਂ ਉਹ ਕਰਨਾ ਇੱਕ ਤਾਂ ਇਹਦੇ ਵਿੱਚ ਨਹੀਂ ਆਪਾਂ ਕੱਲ ਪਟਿਆਲੇ ਦਾ ਡਿਨਰ ਉੱਥੇ ਦੇਖਿਆ ਸੀ ਬਹੁਤ ਹਾਂ ਇੱਕ ਇਹ ਕਮੀ ਐਸੀ ਕਿ ਬੈਟਰੀ ਇਹਦੀ ਬੈਕਅਪ ਆਪਣੇ ਦੂਸਰੇ ਕੈਮਰਾ ਚ ਫੋਨ ਇੱਧਰ ਹੁੰਦਾ ਸੀ ਇੱਧਰ ਦਿੱਤਾ ਕੁਝ ਪਰਸੈਂਟ ਚੇਂਜ ਕਰਿਆ ਹੋਇਆ ਲੋਗੋ ਵਗੈਰਾ ਸੇਮ ਹੈ ਹੋਰ ਬਾਕੀ ਤੁਸੀਂ ਅਸੀਂ ਘੱਟ ਜਾਂਦੇ ਇਹ ਦੇਖ ਤੁਸੀਂ ਪੂਰਾ ਕਸਟਮਰ ਨੂੰ ਹਾਂਜੀ ਜਿਵੇਂ ਕੋਈ ਬੰਦਾ ਹੈ ਉਹਨੂੰ ਵੀ ਫੋਲੋ ਕਰ ਸਕਦੇ ਆ ਐਨੀਮਲ ਨੂੰ ਫੋਲੋ ਕਰ ਸਕਦੇ ਇਹ ਦੇਖੋ ਫੀਚਰ ਵੀ ਨਹੀਂ ਲੌਕ ਹੋ ਜਾਏਗਾ ਉਹ ਹਾਂ ਦੇਖੋ ਸਬਜੈਕਟ ਲੌਕ ਹੋ ਜਾਏਗਾ ਇਹ ਹੈਗਾ ਬੰਦਿਆਂ ਵਾਸਤੇ ਇਹ ਐਨੀਮਲ ਵਾਸਤੇ ਭਰਾ ਓਕੇ ਠੀਕ ਹੈ ਇਹ ਹੈ ਬਾਈਕ ਵਹੀਕਲ ਵਾਸਤੇ ਇਸ ਤੇ ਤੁਹਾਨੂੰ ਕੋਈ ਤੁਹਾਡੇ ਫੋਕਸ ਤੋਂ ਕੋਈ ਵੀ ਬੰਦਾ ਬਣ ਨਹੀਂ ਜਾਏਗਾ ਕੈਮਰਾ ਆਪੇ ਪਕੜ ਕੇ ਰੱਖੀ ਆਪੇ ਕਿਸ ਤੇ ਤੁਹਾਨੂੰ ਫੋਕਸ ਕਰਕੇ ਕੈਮਰਾ ਫੜ ਕੇ ਹੀ ਰੱਖੂਗਾ ਸਭ ਤੋਂ ਬੜੀਆ ਫੋਕਸ ਹੈ ਇਹ ਕੈਮਰੇ ਚ ਤੁਹਾਡੀ ਮੈਂ ਕਹਿੰਦਾ ਵੈਡਿੰਗ 'ਚ ਜ਼ਿਆਦਾ ਫੋਕਸ ਹੀ ਹੁੰਦਾ ਬਿਲਕੁਲ ਇਹ ਫੋਕਸ ਹੀ ਚੀਜ਼ ਰਹੇਗਾ ਬੰਦਾ ਕਿਤੇ ਮਰਜ਼ੀ ਜਾਂਦਾ ਰਹੇ ਜੇ ਤੁਹਾਨੂੰ ਫੋਕਸ ਕਰ ਲਾ ਤਾਂ ਉਹ ਬੰਦਾ ਉਹ ਫੋਕਸ ਏਰੀਏ 'ਚ ਹੀ ਰਹੇਗਾ ਚਾਹੇ ਅੱਗੇ ਆ ਪੁੱਛੇ ਓਕੇ ਓਕੇ ਹਾਂ ਬਹੁਤ ਪਿਆਰਾ ਬਾਕੀ ਤੁਸੀਂ ਹੋਰ ਜੋ ਆਪਣੇ ਕਿਨੇ ਦੱਸਣਾ ਚਾਹੋ ਆਪਣੀ ਕਿਹੜੀ ਕਲਰ ਹੈ ਕਿਹੜਾ ਕਲਰ ਹੈ ਭਰਾ ਮੈਂ ਤੁਹਾਡੀ ਫੋਟੋ ਖਿੱਚ ਕੇ ਦਿਖਾਉਂਦਾ ਇੱਕ ਵਾਰ ਕਸਟਮਰ ਨੂੰ ਇੱਕ ਤੁਸੀਂ ਹੋਰ ਚੀਜ਼ ਕਹਿੰਦੇ ਸੀ ਜਿੱਦਾਂ ਵੀ ਲੈਂਥ ਜਿੱਦਾਂ ਆਪਾਂ ਜਗਰਾਤੇ ਵਗੈਰਾ ਜਾਂ ਵੀ ਕੀ ਕਹਿ ਰਹੇ ਸੀ ਤੁਸੀਂ ਮੇਰੇ ਮਾਈਂਡ 'ਚੋਂ ਨਿਕਲ ਗਿਆ ਦੇਖਿਓ ਭਰਾ ਇੱਕ ਵਾਰ ਹਾਂ ਦੇਖੋ ਮੈਂ ਤੁਹਾਡੀ ਆਈਸ ਨੂੰ ਫੋਲੋ ਕੀਤਾ ਇੱਥੇ ਓਕੇ ਹੁਣ ਦੇਖੋ ਇਹਦੇ ਕਿੰਨੇ ਪਿਆਰੇ ਕਲਰ ਹੈ ਔਰ ਤੁਹਾਡੀ ਅੱਖ ਤੱਕ ਫੋਕਸ ਹੋ ਰਿਹਾ ਸਿਰਫ ਆਈਸ ਨੂੰ ਦੇਖੋ ਵਾਹ ਜੀ ਵਾਹ ਕੀ ਬਾਤ ਹੈ ਵਾਕਿਆ ਕੈਮਰਾ ਹੈ ਕੁਆਲਿਟੀ ਹੈ ਠੀਕ ਹੈ ਵਾਕਿਆ ਇਹ ਕਿਵੇਂ ਫੋਕਸ ਉੱਡ ਰਿਹਾ ਦੇਖੋ ਉਹ ਫੋਕਸ ਨਹੀਂ ਜਾਏਗਾ ਜਦ ਆਪਣਾ ਇਹ ਕੈਮਰਾ ਹੁੰਦਾ ਨਾਲ ਜਿਹਾ ਫੋਕਸ ਲਾਈਟ ਵੇਟ ਹੈ ਨਾ ਬਿਲਕੁਲ ਤੁਸੀਂ ਫੀਲ ਵਧੀਆ ਕਰਦੇ ਹੋ ਇਹ ਬਹੁਤ ਵਧੀਆ ਫੀਲ ਕਰਦੇ ਆ ਭਰਾ ਕਾ ਬਹੁਤ ਪਿਆਰਾ ਕੈਮਰਾ ਨਾ ਵੇਟ ਨਾਲੇ ਮੈਂ ਕਿਹੜੇ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਗਾ ਬਹੁਤ ਬੈਟਰ ਕੈਮਰਾ ਜੇ ਤੁਸੀਂ ਜਾਣਦੇ ਹੋ ਜੇ ਤੁਹਾਡਾ ਬੜੀ ਮਤਲਬ ਤੁਸੀਂ ਵਧੀਆ ਕਿੱਟ ਬਣਾਉਣਾ ਚਾਹੁੰਦੇ ਹੋ 2.5-3 ਲੱਖ 'ਚ ਤਾਂ ਸਭ ਤੋਂ ਬੈਟਰ ਕੈਮਰਾ ਓਕੇ ਬਟ ਮੈਂ ਨਾ ਇਹਨਾਂ ਤੋਂ ਕੈਮਰਾ ਹੁਣ ਫੜਿਆ ਦੇਖੋ ਨਾ ਮੈਨੂੰ ਇੱਦਾਂ ਫੀਲ ਹੋ ਰਿਹਾ ਕਿ ਇੱਕ ਬੱਚਾ ਨਹੀਂ ਕਹਿ ਰਹੇ ਆਪਾਂ ਵੀ ਛੋਟਾ ਜਿਹਾ ਬੱਚਾ ਆਪਾਂ ਚੁੱਕ ਲਈਏ ਅਸੀਂ 80-90 Z6 ਕਈ ਕੈਮਰੇ ਯੂਜ਼ ਕਰੇ ਹੋਏ ਨੇ ਬਟ ਮੈਂ ਕਹਿ ਰਿਹਾ ਵੀ ਵਾਕਿਆ ਬਹੁਤ ਸੋਹਣਾ ਕੈਮਰਾ ਬਾਕੀ ਕੰਗ੍ਰੈਚੁਲੇਸ਼ਨ ਸਰ ਤੁਹਾਨੂੰ ਬਹੁਤ ਬਹੁਤ ਵਧਾਈ
ਬੜਾ ਪਰਮਾਤਮਾ ਤਰੱਕੀ ਦੇਵੇ ਤੁਹਾਨੂੰ ਇਹ ਜਨਰਲ ਸਟੂਡੀਓ ਤੁਹਾਡਾ ਬਾਬਾ ਕਰੇ ਘੈਂਟ ਬਣੇ ਕੰਮ ਅਤੇ ਵੱਧ ਤੋਂ ਵੱਧ ਜੁੜੋ ਤੁਸੀਂ ਜਨਰਲ ਸਟੂਡੀਓ ਨਾਲ ਇਹਨਾਂ ਨੇ ਪੈਸਾ ਲਾਉਣਾ ਕੰਮ 'ਤੇ ਤੁਸੀਂ ਪੈਸਾ ਦੇਣਾ ਕੁਆਲਿਟੀ ਤੁਹਾਡੀ ਇੱਕ ਵਾਰੀ ਮੈਰਿਜ ਹੁੰਦੀ ਹੈ ਜ਼ਿੰਦਗੀ 'ਚ ਤਾਂ ਉਸ 'ਤੇ ਪੈਸਾ ਲਾਇਆ ਕਰੋ ਫੋਟੋਗ੍ਰਾਫਰ ਨੂੰ ਇਹ ਨਾ ਕਿਹਾ ਕਰੋ ਵੀ ਤੁਸੀਂ 20 'ਚ ਕਰ ਲਓ 30 'ਚ ਕਰ ਲਓ 50 'ਚ ਕਰ ਲਓ ਉਹ ਫਿਰ ਉਹੋ ਜਿਹਾ ਕੰਮ ਆਏਗਾ ਹੁਣ ਬੰਦੇ ਨੇ ਇਹਨੇ ਇੰਨੇ ਪੈਸੇ ਇਹਨਾਂ ਨੇ ਲਾਉਣੇ ਆ ਇਹ ਕੈਮਰਾ ਇਸ ਸਾਲ ਚੇਂਜ ਕਰਦੇ ਨੇ ਤਾਂ ਤੁਸੀਂ ਵੀ ਇਹਨਾਂ ਨੂੰ ਕਿਹਾ ਕਰੋ ਵੀ ਤੁਸੀਂ ਬੋਲੋ ਸਾਨੂੰ ਕੁਆਲਿਟੀ ਚਾਹੀਦੀ ਹੈ ਜੇ ਪੈਸਾ ਵੇਖੋਗੇ ਤਾਂ ਕੁਆਲਿਟੀ ਨਹੀਂ ਮਿਲੇਗੀ ਜੇ ਕੁਆਲਿਟੀ ਵੇਖੋਗੇ ਤਾਂ ਪੈਸਾ ਨਾ ਦੇਖੋ ਇੱਕ ਚੀਜ਼ ਹੁੰਦੀ ਕਿਉਂ ਸਰ ਓਕੇ ਸਰ ਥੈਂਕ ਯੂ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ